ਲੁਧਿਆਣੇ ਦੇ ਸਰਕਟ ਹਾਊਸ ਦੇ ਵਿੱਚ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੀ ਇੱਕ ਮੀਟਿੰਗ ਕੌਮੀ ਚੇਅਰਮੈਨ ਓਂਕਾਰ ਸਿੰਘ ਨਰੂਲਾ ਦੀ ਅਗਵਾਈ ਵਿੱਚ ਕੀਤੀ ਗਈ, ਜਿਸ ਵਿੱਚ 18 ਅਗਸਤ ਨੂੰ ਇੱਕ ਨਿੱਜੀ ਹੋਟਲ ਸਮਾਗਮ ਕੀਤਾ ਜਾਵੇਗਾ। ਸਮਾਗਮ ਦਾ ਮੁੱਖ ਏਜੰਡਾ ਹਿੰਦੂ ਮੁਸਲਿਮ ਸਿੱਖ ਈਸਾਈ ਭਾਈਚਾਰੇ ਨੂੰ ਇੱਕਜੁੱਟ ਹੋ ਕੇ ਚੱਲਣ ਦੀ ਅਪੀਲ ਕੀਤੀ ਜਾਵੇਗੀ। ਮੈਂ ਕੁੰਵਰ ਓਂਕਾਰ ਸਿੰਘ ਨਰੂਲਾ, ਚੇਅਰਮੈਨ ਹਿਊਮਨ ਰਾਈਟ ਪ੍ਰੋਟੈਕਸ਼ਨ ਕੌਂਸਲ। ਅੱਜ ਦੀ ਜਿਹੜੀ ਵਿਸ਼ੇਸ਼ ਮੀਟਿੰਗ ਪ੍ਰੈਸ ਕਾਨਫਰੰਸ ਬੁਲਾਈ ਗਈ ਸਰਕਟ ਹਾਊਸ 'ਚ 18 ਤਰੀਕ ਦੇ ਪ੍ਰੋਗਰਾਮ ਦੇ ਰਿਗਾਰਡਿੰਗ ਬੁਲਾਈ ਗਈ। 18 ਤਰੀਕ ਨੂੰ ਸਾਡੇ ਹਿੰਦੁਸਤਾਨ ਦੀ ਸ਼ਾਨ ਸ਼੍ਰੀ ਸਵਾਮੀ ਅਗਨੀਵੇਦ ਜੀ ਲੁਧਿਆਣੇ ਆ ਰਹੇ ਨੇ, ਆਪਣੇ ਨਾਲ ਕਾਫੀ ਅਜ਼ੀਜ਼ ਸੱਜਣ ਉਹ ਲੈ ਕੇ ਆ ਰਹੇ ਨੇ, ਜਿਨ੍ਹਾਂ ਨੇ ਵਾਕਈ ਸਾਨੂੰ ਧਰਮ ਦੇ ਕਰਮ 'ਤੇ ਚੱਲਣ ਦਾ ਸਹੀ ਸਿੱਖਿਆ ਦਿੱਤੀ ਕਿ ਅਸਲ 'ਚ ਸਹੀ ਸਿੱਖਿਆ ਹੈ ਕੀ ਹੈ। ਕੁਝ ਲੋਕਾਂ ਨੇ ਧਰਮ ਨੂੰ ਆਪਣੀਆਂ ਦੁਕਾਨਦਾਰੀਆਂ ਬਣਾ ਲਈਆਂ ਨੇ, ਚਾਹੇ ਉਹ ਸਿੱਖ ਧਰਮ 'ਚ ਨੇ, ਚਾਹੇ ਹਿੰਦੂ ਧਰਮ 'ਚ ਨੇ, ਚਾਹੇ ਇਸਲਾਮ 'ਚ ਨੇ, ਚਾਹੇ ਕ੍ਰਿਸਚਨ 'ਚ ਨੇ, ਕਿਸੇ 'ਚ ਨੇ। ਇਹਨਾਂ ਚੀਜ਼ਾਂ ਤੋਂ ਅਵੇਅਰਨੈਸ ਦੇਣ ਲਈ ਕਿ ਧਰਮ ਅਸਲ 'ਚ ਕੀ ਹੈ, ਧਰਮ ਤੁਹਾਨੂੰ ਜੀਣ ਦਾ ਤਰੀਕਾ ਦੱਸਦਾ, ਤੁਹਾਨੂੰ ਧਰਮ ਤਰੀਕਾ ਦੱਸਦਾ ਕਿ ਤੁਹਾਡਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਨਾ ਕਿ ਧਰਮ ਇਹ ਦੱਸਦਾ ਕਿ ਤੁਸੀਂ ਆਪਾਂ ਆਪਣੀਆਂ ਦੁਕਾਨਦਾਰੀਆਂ ਖੋਲ੍ਹ ਕੇ ਅਤੇ ਫਿਰ ਕੋਈ ਜ਼ਹਿਰ ਫੈਲਾਇਆ ਜਾਵੇ। ਇਹਨਾਂ ਚੀਜ਼ਾਂ ਨੂੰ ਕਿੱਦਾਂ ਰੋਕਿਆ ਜਾਵੇ, ਇਹਨਾਂ ਚੀਜ਼ਾਂ ਨੂੰ ਰੋਕਣ ਲਈ ਸਾਡੇ ਵੱਡੇ ਵਡੇਰੇ ਜੋ ਸਾਡੇ ਦੇ ਕੇ ਗਏ ਨੇ ਸਿੱਖਿਆ, ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਜ਼ਿੰਦਗੀ 'ਚ ਅਪਲਾਈ ਕਰਨਾ, ਉਹਨੂੰ ਦੇਣ ਲਈ ਸਾਡੀਆਂ ਪ੍ਰਮੁੱਖ ਸ਼ਖਸੀਅਤਾਂ ਇੱਥੇ 18 ਤਰੀਕ ਨੂੰ ਦਾਣਾ ਮੰਡੀ 'ਚ ਆ ਰਹੀਆਂ ਨੇ। ਉਹਦੇ ਰਿਗਾਰਡਿੰਗ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਕਿ ਸਾਰੇ ਜ਼ਰੂਰ ਆਉਣ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਸਰ। ਅੱਜ ਦੀ ਡੇਟ 'ਚ ਸਾਰੀ ਦੁਨੀਆ ਨੇ ਬੋਲਿਆ ਕਿ ਦੁਨੀਆ ਦਾ ਧਰਮ ਹੀ ਅਤੇ ਉਹਦੇ ਤਹਿਤ ਇਹ ਏਜੰਡਾ 2030 ਜਿਹੜਾ ਹੈ ਇਹ ਉਹਨਾਂ ਨੇ ਲਾਗੂ ਕੀਤਾ। ਉਹ ਉਸੇ 'ਤੇ ਇਹ ਸੈਮੀਨਾਰ ਹੋ ਰਿਹਾ, ਸਾਰੇ ਧਰਮਾਂ ਦੀ ਏਕਤਾ ਕਰਾਉਣ ਨੂੰ ਅਵੇਅਰਨੈਸ ਜਦ ਹੋਊਗੀ ਧਰਮ ਕੋ ਨਿਕਲੂਗਾ, ਜਾਂ ਦੁਨੀਆ ਦੇ ਸਾਰੇ ਸੂਝਵਾਨ ਲੋਕ ਤਾਂ ਮੰਨਦੇ ਹੀ ਨੇ, ਥੱਲੇ ਦੇ ਲੈਵਲ ਵਾਲੇ ਲੋਕਾਂ ਨੂੰ ਭੜਕਾਇਆ ਜਾ ਸਕਦਾ ਹੈ ਜਿਹੜੇ ਧਰਮ ਦੇ ਨਾਂ 'ਤੇ ਦੁਕਾਨਦਾਰੀਆਂ ਕਰਦੇ ਨੇ, ਉਹ ਭੜਕਾ ਦਿੰਦੇ ਨੇ। ਉਹਨਾਂ ਨੂੰ ਸਮਝਾਉਣ ਦੀ ਲੋੜ ਹੈ, ਜਾਂ ਸਮਝਾਉਣਗੇ ਇਕੱਠੇ ਹੋ ਹੁਣ ਸਹੀ ਤਾਂ ਇਹਨਾਂ ਨੇ ਬੋਲਣ ਨਹੀਂ ਦਿੰਦੇ ਧਰਮ ਦੇ, ਜੇ ਕੋਈ ਖਿਲਾਫ਼ ਬੋਲੇ, ਜੇ ਕੋਈ ਧਰਮ ਦੇ ਖਿਲਾਫ਼ ਤਾਂ ਨਹੀਂ ਹੈ ਅਸਲੀ ਧਰਮ ਦੇ ਹੱਕ 'ਚ ਬੋਲੇ ਤਾਂ ਉਹਦੇ 'ਤੇ ਹਮਲਾ ਹੋ ਜਾਂਦਾ, ਜਿਵੇਂ ਸਵਾਮੀ ਅਗਨੀਵੇਸ਼ 'ਤੇ ਹੋ ਗਿਆ। ਇਸ ਕਰਕੇ ਸਾਡੇ ਵੀ ਅਕਾਲ ਤਖ਼ਤ ਵਾਲੇ ਡਰਾ ਦਿੰਦੇ ਸੀ, ਬੋਲ ਨਹੀਂ ਸਕਦਾ ਕੋਈ ਸੱਚ। ਮੈਂ ਤਾਂ ਡਰਿਆ ਨਹੀਂ, ਮੈਂ ਕਿਹਾ ਵੀ ਜਿਹੜਾ ਕੁਝ ਤੁਸੀਂ ਕਰਨਾ ਕਰ ਲਓ। ਅਤੇ ਇਸ ਕਰਕੇ ਇਹ ਨਿਰਭੈ ਹੋ ਕੇ ਹੀ ਇਹ ਧਰਮ ਜਿਹੜੇ ਨਕਲੀ ਧਰਮ ਨੇ ਉਹਨਾਂ ਨਾਲ ਲੜਿਆ ਜਾ ਸਕਦਾ। ਅਸਲੀ ਧਰਮ ਦੀ ਜਿਹੜੀ ਹੈਗੀ ਹੈ ਪਿਕਚਰ ਫਿਰ ਹੀ ਸਾਹਮਣੇ ਆਉਂਦੀ ਹੈ ਦੁਨੀਆ 'ਤੇ। ਹੁਣ ਅਸਲੀ ਧਰਮ ਕੀ ਹੈ ਉਹਦੀ ਪਿਕਚਰ ਸਾਹਮਣੇ ਆਊਗੀ ਜਦ ਸਾਰੇ ਆਪਾਂ ਜੁੜ ਕੇ। ਕੈਮਰਾਮੈਨ ਟਿੰਕੂ ਦੇ ਨਾਲ ਬਿਊਰੋ ਰਿਪੋਰਟ, KGT ਨਿਊਜ਼, ਲੁਧਿਆਣਾ। ਧਰਮ ਸਿੰਘ।